ਕਸਰ ਪ੍ਰਭੂ ਨਰਮੇ ਵਾਲੇ ਕਿਸਾਨ ਇਸ ਵੀਡੀਓ ਨੂੰ ਦੇਖਣ ਤੇ ਉਹਨਾਂ ਤੇ ਇੱਕ ਸ਼ੇਅਰ ਕਰਿਓਗੇ ਤਾਂ ਕਿ ਉਹਨਾਂ ਦੇ ਇੱਕ ਸਾਰੀ ਜਾਣਕਾਰੀ ਪਹੁੰਚੇ ਤੇ ਸਭ ਤੋਂ ਪਹਿਲਾਂ ਟੀਂਡਾ ਲੱਗਿਆ ਹੋਇਆ ਸੀ ਕਿ ਆਪਾਂ ਜਦੋਂ ਦੇਖੀਏ ਵੀ ਨਰਮੇ ਦੇ ਥਲੜੇ ਪਾਸੇ ਬਾਈ ਬਣ ਕੇ ਇੱਕ ਬੇਨਤੀ ਹੈ ਮੇਰੀ ਨਰਮੇ ਵਾਲੇ ਵੀਰਾਂ ਨੂੰ ਚਲੋ ਕੁਦਰਤੀਆਂ ਮਾਰਾਂ ਪੈ ਗਈਆਂ ਆਪਣੇ ਨਾਲ ਬਹੁਤ ਔਖੇ ਹੋ ਗਏ ਕੰਪੜੀਆਂ ਦੇ ਬਟ ਪ੍ਰੋਬਲਮ ਇੱਥੇ ਆ ਜਾਂਦੀ ਹੈ ਕਿ ਆਪਾਂ ਇੱਕ ਦੂਜੇ ਦੇ ਨਾਲ ਸਾਥ ਨਹੀਂ ਦਿੰਦੇ ਹੈਗੇ ਤੁਸੀਂ ਦੇਖੋ ਇਹ ਸਭ ਤੋਂ ਪਹਿਲਾਂ ਵਾਲਾ ਫਰੂਟ ਹੈ ਠੀਕ ਹੈ ਇਹ ਨਰਮੇ ਦੀ ਬਜਾਈ 27 ਅਪ੍ਰੈਲ ਦੀ ਹੋਈ ਵੀ ਹੈ ਤੇ ਹੁਣ ਨਰਮਾ ਫਰੂਟ ਵੀ ਲੈ ਰਿਆ ਜਿੰਨੀ ਆਪਣੀ ਮਿਹਨਤ ਰੱਬ ਨੇ ਆਪਾਂ ਨੂੰ ਬਖਸ਼ਿਆ ਆਪਾਂ ਮਿਹਨਤ ਕਰ ਰਹੇ ਹਾਂ ਠੀਕ ਆ ਕਿਸੇ ਕੋਈ ਆਪਦੇ ਖੇਤ ਚ ਮੀਂਹ ਪਵਾ ਨਹੀਂ ਸਕਦਾ ਤੇ ਕੋਈ ਮੀਂਹ ਪੰਦੇ ਨੂੰ ਰੋਕ ਨਹੀਂ ਸਕਦਾ ਠੀਕ ਆ ਉਹ ਚਲੋ ਆਪਣੇ ਆਪਣੇ ਏਰੀਆ ਦੇ ਵਿੱਚ ਕੁਦਰਤ ਦਾ ਅਡਵਰਟ ਕਹਿਰ ਲਾ ਲਓ ਪਰ ਤੁਸੀਂ ਦੇਖੋ ਵੀ ਖੇਤ ਦੇ ਨਾਲ ਬਰੂਦ ਪਿਆ ਹੈਗਾ ਠੀਕ ਹੈ ਮੈਨੂੰ ਲੱਗਦਾ ਵੀ ਇਹ ਸਭ ਨੂੰ ਮਾੜੀ ਕੰਡੀਸ਼ਨ ਹੁੰਦੀ ਹੈ ਮਾੜੀ ਕਿਸਮਤ ਵੀ ਲਾ ਸਕਦੇ ਤੁਸੀਂ ਵੀ ਕੋਈ ਇਸ ਤਰ੍ਹਾਂ ਦੀ ਪੋਜੀਸ਼ਨ ਹੁੰਦੀ ਹੈ ਤੇ ਆਪਾਂ ਆਪਦੇ ਭੈਣ ਭਾਈਆਂ ਨਾਲ ਲੜ ਨਹੀਂ ਸਕਦੇ ਹੁੰਦੇ ਤੇ ਆਪਣੇ ਖੇਤ ਦੇ ਵਿੱਚ ਚੰਗੇ ਢੀਂਡੇ ਮਿਲਣ ਚੰਗੇ ਢੀਂਡਿਆਂ ਕੇ ਜਾ ਕੇ ਖੇਡਣਾ ਆਪਾਂ ਜਿੰਨਾ ਪ੍ਰਯਤਨ ਕਰ ਸਕਦੇ ਆ ਕਰਨਾ ਚਾਹੀਦਾ ਆਪਾਂ ਪਹਿਲਾਂ ਵੀਡੀਓ ਚ ਗੱਲਾਂ ਕਰਦੇ ਰਹੇ ਆ ਕਿ ਭਾਈ ਜੀ ਤੁਸੀਂ ਇਹਨੂੰ ਸੰਡੀ ਦਾ ਹਮਲਾ ਰੋਕਣ ਦੇ ਲਈ ਤੁਸੀਂ ਪ੍ਰੋ ਕਲੇਮ ਕਰ ਲਓ ਠੀਕ ਆ ਤੁਸੀਂ ਈਥੀ ਓਨ ਕਰ ਲਓ ਤੁਸੀਂ ਮੋਨੋ ਨਾ ਕਰੋ ਮੋਨੋ ਐਂਡ ਤੇ ਕਰਾਂਗੇ ਐਸੀ ਫੇਟ ਜਾਂ ਐਸਪੀ ਗਰੁੱਪ ਵਾਲੇ ਸਾਰੇ ਮਗਰੋਂ ਕਰਾਂਗੇ ਪਰ ਬਾਈ ਬਣ ਕੇ ਟੀਂਦੇ ਨਾਲ ਤੋੜ ਕੇ ਦੇਖਿਆ ਕਰੋ ਠੀਕ ਆ ਤੁਸੀਂ ਹਮੇਸ਼ਾ ਆ ਕੇ ਸਵੇਰ ਦੇ ਸਮੇਂ ਖੇੜੀ ਧੁੱਪ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ ਤੁਸੀਂ ਜਿੰਨੇ ਖਿੜੇ ਹੋਏ ਫੁੱਲ ਹੁੰਦੇ ਆ ਨਰਮੇ ਦੀ ਫਸਲ ਦੇ ਉਹ ਫੁੱਲਾਂ ਨੂੰ ਦੇਖਿਆ ਕਰੋ ਵੀ ਕਿਤੇ ਕੋਈ ਪਹਮੀਰੀ ਨੂਮਾ ਫੁੱਲ ਹੈਗਾ ਕਿਸੇ ਦਾ ਲੱਡੂ ਬਣਿਆ ਹੋਇਆ ਫੁੱਲ ਦਾ ਅਗਰ ਤੇ ਬੰਦ ਹੈਗਾ ਉਸ ਤਰ੍ਹਾਂ ਦੀ ਗਿਣਤੀ ਦੇ ਫੁੱਲ ਜਿਆਦੇ ਮਿਲਦੇ ਆ ਤਾਂ ਲਿਕੁਇਡ ਪ੍ਰੋ ਕਲੇਮ ਕਰ ਲੋ ਡੈਲੀਗੇਟ ਕਰ ਲੋ ਠੀਕ ਆ 100 115 20 ਦਿਨ ਦਾ ਨਰਮਾ ਹੋ ਗਿਆ ਉਹਦੇ ਤੁਸੀਂ ਸੈਪਰ ਵੀ ਕਰ ਸਕਦੇ ਹੋ ਤੁਸੀਂ ਹੋਰ ਦਵਾਈਆਂ ਮੋਨੋ ਵੀ ਕਰ ਸਕਦੇ ਤੁਸੀਂ ਠੀਕ ਆ ਅਗਰ ਉਹਦੇ ਵਿੱਚ ਤੁਸੀਂ ਡੈਲਟਾ ਮੈਥੀਨ ਬਾਕਸਰ ਆਉਂਦੀ ਆ ਉਹ ਵੀ ਤੁਸੀਂ ਕਰ ਸਕਦੇ ਹੋ ਉਹਦੇ ਦਵਾਈਆਂ ਦੇ ਮਾੜੇ ਪ੍ਰਭਾਵ ਨਹੀਂ ਪੈਂਦੇ ਕਿਉਂਕਿ ਨਰਮੇ ਦਾ ਜਿਹੜਾ ਕੁਝ ਫਲ ਪੱਕ ਗਿਆ ਹੁੰਦਾ ਹੈਗਾ ਆਪਾਂ ਮੈਕਸਿਮਮ ਨਰਮੇਂ ਦਾ ਝਾੜ ਲੈਣ ਦੀ ਇਹਨਾਂ ਮਾੜੀਆਂ ਕੰਡੀਸ਼ਨਾਂ ਦੇ ਵਿੱਚ ਆਪਾਂ ਇਹੀ ਕਹਿ ਸਕਦੇ ਹਾਂ ਕਿ ਆਪਾਂ 8-10 ਕੁਇੰਟਲ ਤੱਕ ਪਹੁੰਚ ਗਏ ਤਾਂ ਬਹੁਤ ਵੱਡੀ ਗੱਲ ਹੈ ਇਹ ਰੇਟ ਦੇ ਮੁਤਾਬਕ ਪਹਿਲਾਂ ਆਪਾਂ ਜੇ 10-12 ਕੁਇੰਟਲ ਲੈਂਦੇ ਰਹੇ ਹਾਂ ਪਰ ਕੁਝ ਵੀ ਨਰਾਜ਼ ਹੋ ਜਾਂਦੇ ਹੈਗੇ ਆ ਕਿ ਖੇਤ ਦੇ ਵਿੱਚ ਵੜਦੇ ਤੇ ਢੀਂਡੇ ਤੋੜ ਕੇ ਦੇਖਦੇ ਜਾਂ ਤਾਂ ਢੀਂਡੇ ਗਲੇ ਹੁੰਦੇ ਆ ਤੇ ਜਾਂ ਢੀਂਡੇ ਦੇ ਵਿੱਚ ਸੁੰਢੀ ਹੁੰਦੀ ਜਾਂ ਢੀਂਡੇ ਕਾਣੇ ਹੁੰਦੇ ਆ ਸੁੰਢੀ ਨਹੀਂ ਥਿਆਉਂਦੀ ਹੈ ਜੀ ਤਾਂ ਤਿੰਨੇ ਕੰਡੀਸ਼ਨਾਂ ਦੇ ਵਿੱਚ ਤੁਸੀਂ ਕਬਰਾਉਣਾ ਨਹੀਂ ਤੇ ਇਹ ਕੰਮ ਵੀ ਕਰਨਾ ਨਹੀਂ ਕਿਉਂਕਿ ਜੇਕਰ ਤਾਂ ਢੀਂਡਾ ਗਲਿਆ ਹੋਇਆ ਸ ਹੋ ਸਕਦਾ ਉਹ بارش ਦੇ ਕਰਕੇ ਟੀਂਡਾ ਨੁਕਸਾਨਿਆ ਗਿਆ ਹੋਵੇ ਉਹਦੇ ਫੁੱਲ ਵਿੱਚ ਇਨਫੈਕਸ਼ਨ ਹੋਈ ਹੋਵੇ ਟੀਂਡੇ ਵਿੱਚ ਵੀ ਹੋ ਗਈ ਹੋਵੇ ਤੇ ਅਗਰ ਟੀਂਡਾ ਅੰਦਰੋਂ ਕਾਣਾ ਸੁੰਢੀ ਨਹੀਂ ਮਿਲੀ ਹੈਗੀ ਤਾਂ ਵੀ ਨਹੀਂ ਕਰੋਣਾ ਕਿਉਂਕਿ ਉਹਨੇ ਤਾਂ ਆਪਦਾ ਕੰਮ ਕਰਤਾ ਥੋਸੀ ਉੱਥੇ ਸਪਰੇਅ ਕਰੋਗੇ ਤੁਹਾਡਾ ਰਿਜ਼ਲਟ ਨਹੀਂ ਬਣਨਾ ਹੈਗਾ ਕੋਈ ਇਸ ਤਰ੍ਹਾਂ ਦੀ ਸਪਰੇਅ ਨਹੀਂ ਬਣੀ ਜਿਹੜੀ ਟੀਂਡੇ ਦੇ ਇਕ ਪਹੁੰਚ ਕੇ ਉਹਨੂੰ ਮਾਰ ਦੇ ਅਗਰ ਤੁਹਾਡਾ ਟੀਂਡਾ ਸਹੀ ਵੀ ਹੁੰਦਾ ਤਾਂ ਵੀ ਖੁਸ਼ ਹੋਣ ਦੀ ਲੋੜ ਨਹੀਂ ਕਿਉਂਕਿ ਹਜੇ ਤਾਂ ਫੁੱਲ ਚੱਲ ਰਹੇ ਆ ਖਤਰਾ ਸਿਰ ਤੇ ਆ ਉਹਦੇ ਬਹੁਤੇ ਵੀਰਾਂ ਦੇ ਜਿਹੜੇ ਖੇਤ ਆ ਉਹ ਤਾਂ ਨਿਆਈਆਂ ਦੇ ਨੇੜੇ ਆ ਜਾਂ ਕਿਸੇ ਢਾਣੀਆਂ ਦੇ ਨੇੜੇ ਆ ਜਾਂ ਰੇਲਵੇ ਸਟੇਸ਼ਨਾਂ ਦੇ ਨੇੜੇ ਆ ਜਾਂ ਕੋਈ ਹੋਰ ਗੱਲਬਾਤ ਆ ਜਿੱਥੇ ਕਿ ਚਾਤਨ ਹੁੰਦਾ ਰਾਤ ਨੂੰ ਤਾਂ ਜਾਂ ਕੋਈ ਸ਼ਹਿਰ ਦੇ ਨੇੜੇ ਆ ਤਾਂ ਉਥੇ ਜਾਂ ਕਿਸੇ ਡੰਪ ਨੇੜੇ ਆ ਪੱਠੇ ਦੇ ਨੇੜੇ ਆ ਜਿੱਥੇ ਲੇਬਰ ਬੈਠੀ ਆ ਤੇ ਕੋਲੇ ਛਟੀਆਂ ਵੀ ਪੰਗਾਂ ਤਾਂ ਉਹੋ ਜੀਆਂ ਕੰਡੀਸ਼ਨਾਂ ਦੇ ਵਿੱਚ ਤੁਸੀਂ ਹਜੇ ਤੱਕ 1 ਮਹੀਨਾ ਹੋਰ 25 ਅਗਸਤ ਤੱਕ 30 ਅਗਸਤ ਤੱਕ 5 ਸਤੰਬਰ ਤੱਕ ਵੀ ਜਿਹੜੇ ਨਾਮ ਨਾਮੇ ਲੇਟ ਵੀ ਜੇ ਹੋਏ ਆ 5 ਸਤੰਬਰ ਤੱਕ ਵੀ ਤੁਸੀਂ ਆਪਣੇ ਨਾਮੇ ਤੇ ਪਹਿਰਾ ਹੀ ਦੇਣਾ ਕਿ ਦਿਨ ਦੇ ਸਮੇਂ ਆਪਾਂ ਗਿੜਾ ਮਾਰਨਾ ਹੈ ਠੀਕ ਆ ਤੇ ਰਾਤ ਦੇ ਸਮੇਂ ਆਪਾਂ ਸਪਰੇਅ ਕਰਨੀਆਂ ਟਿੱਕੀ ਢਲਦੀ ਸਮੇਂ ਸਪਰੇਅ ਕਰਨੀਆਂ ਮੇਰਾ 7 ਏਕੜ ਦਾ ਪਲਾਟ ਆਏ ਅਸੀਂ ਡਰਮ ਪਾ ਕੇ ਲਿਆਉਣੇ 4 ਵਜੇ 5:30 ਵਜੇ ਸ਼ੁਰੂ ਕਰਦੇ ਆ ਸਪਰੇਅ ਕਰਨੀ 5 ਵਜੇ ਸਾਨੂੰ 7 7:30 8 ਵਜਿਆਂ ਦੇ ਕਈ ਵਾਰੀ ਤੇ ਸਪਰੇਅ ਕਰਦੇ ਆ ਨੂੰ ਤਾਂ ਬਹੁਤ ਜ਼ਿਆਦਾ ਜਿਹੜਾ ਨਰਮੇ ਦੇ ਉੱਤੇ ਮੱਛਰ ਆ ਉਹ ਗੰਨ ਦੇ ਮੂਰੀ ਆ ਜਾਂਦਾ ਹੈਗਾ ਤੇ ਜਦੋਂ ਜਿਹੜੀ ਸਪਰੇਅ ਆ ਪੱਤੇ ਦੇ ਉੱਤੇ ਪਾ ਕੇ ਲਗਭਗ ਉਹ ਅੱਧੇ ਘੰਟੇ ਚ ਘੰਟੇ ਚ ਰਚ ਕੇ ਫੇਰ ਸੁੱਕਦੀ ਹੈ ਸਾਰੀ ਰਾਤ ਉਹ ਠੰਡਾ ਰਹਿੰਦਾ ਪੱਤਾ ਉਹਦੇ ਕੋਈ ਸਨਲਾਈਟ ਨਹੀਂ ਪੈਣੀ ਹੈਗੀ ਜਾਂ ਕੋਈ بارش ਨਹੀਂ ਹੁੰਦੀ ਤਾਂ ਉਹ ਰਿਜ਼ਲਟ ਬਹੁਤ ਜ਼ਿਆਦਾ ਆਉਂਦਾ ਨਰਮਾ ਬਿਰਲਾ ਕਰਨ ਦੀ ਮੈਂ ਪਹਿਲਾਂ ਬੇਨਤੀਆਂ ਕੀਤੀਆਂ ਹੈਗੀਆਂ ਪਿਛਲੇ 3 ਸਾਲ ਤੋਂ ਵੀਡੀਓ ਪਾ ਰਹੇ ਹਾਂ ਕਿ ਨਰਮੇ ਦੇ ਨਾਲ ਸੰਬੰਧ ਖਾਸ ਕਰਕੇ ਵੈਸੇ 5 ਸਾਲ ਤੋਂ ਪਾ ਰਹੇ ਹਾਂ 2017 ਤੋਂ ਤੇ ਵੀ ਆਪਾਂ ਝਾੜ ਵੱਲ ਕਿਵੇਂ ਜਾਣਾ ਹੈਗਾ ਪਰ ਜਿਹੜੀਆਂ ਪ੍ਰਸਿੱਧੀਆਂ ਚੱਲ ਰਹੀਆਂ ਨੇ ਕੰਡੀਸ਼ਨਾਂ ਚੱਲ ਰਹੀਆਂ ਹੈਗੀਆਂ ਸਰਕਾਰਾਂ ਨਾਲ ਤਾਂ ਆਪਾਂ ਹਰ ਕੰਮ ਚ ਲੜ ਕੇ ਪੂਰਾ ਨਹੀਂ ਨਾ ਸਕਦੇ ਪਰ ਜਿਹੜਾ ਆਪਾਂ ਆਪਣੇ ਖੇਤ ਦੇ ਵਿੱਚ ਖੜ ਕੇ ਕਿਸੇ ਨੂੰ ਬਿਨਾ ਪੁੱਛੇ ਆਪਦੇ ਖੇਤ ਦੇ ਵਿੱਚ ਆਪਦੀ ਸੁਰਤ ਮੁਤਾਬਕ ਆਪਣੇ ਜਿੱਥੋਂ ਵੀ ਆਪ ਨੂੰ ਨੌਲੇਜ ਮਿਲਦੀ ਚਾਹੇ ਬੁੱਕ ਤੋਂ ਮਿਲਦੀ ਹੈ ਮੈਗਜ਼ੀਨ ਤੋਂ ਮਿਲਦੀ ਹੈ ਕਿਸੇ ਪਬਲਿਕੇਸ਼ਨ ਤੋਂ ਮਿਲਦੀ ਹੈ ਕਿਸੇ ਵੀਡੀਓ ਤੋਂ ਮਿਲਦੀ ਹੈ ਕਿਸੇ ਪੋਸਟ ਤੋਂ ਮਿਲਦੀ ਹੈ ਉਹਨੂੰ ਦੇਖ ਕੇ ਥੋੜਾ ਸਾਝਾ ਜਮਾਲ ਲਗੇ ਕਿ ਰਿਜ਼ਲਟ ਆਉਂਦਿਆਂ ਤਾ ਉਹਨੂੰ ਕੈਰੀ ਆਨ ਕਰ ਲਗੇ ਤਕਨੀਕਾਂ ਬਹੁਤ ਆ ਸਟ੍ਰੈਟਜੀਜ਼ ਬਹੁਤ ਜ਼ਿਆਦਾ ਆ ਕਈ ਤਕਨੀਕਾਂ ਆਪਣੇ ਸ਼ੇਜ ਚ ਫੇਲ ਹੋ ਜਾਂਦੀਆਂ ਪਰ ਉਹ ਸਾਰੇ ਖੇਤਾਂ ਦੀ ਕੋਈ ਵੀ ਚੀਜ਼ ਜਿਹੜੀ ਉਹ ਪਾਸ ਨਹੀਂ ਹੁੰਦੀ ਹ ਇੱਕ ਬਲੱਡ ਦੀ ਗੋਲੀ ਲੱਗ ਨਹੀਂ ਸਕਦੀ ਆਪਾਂ ਨੂੰ ਵੀ ਪਤਾ ਹੈਗਾ ਪਰ ਆਪਾਂ ਆਪਦੀ ਕਿਸਮਤ ਨੂੰ ਤਾਂ ਦੇ ਨਾ ਮਰ ਗਏ ਆਪਣਾ ਜਿੰਨਾ ਕ ਆਪਣਾ ਆਪਣੇ ਚ ਬੁੱਧ ਰਾਬਨੇ ਬੁੱਧੀ ਬਖਸ਼ੀ ਹੈ ਬਲ ਬਖਸ਼ੀ ਉਹਨੂੰ ਪੋਜੀਟਿਵਲੀ ਆਪਾਂ ਯੂਜ਼ ਕਰ ਲਈਏ ਉਹਨੂੰ 네ਗੇਟਿਵਲੀ ਯੂਜ਼ ਨਾ ਕਰੀਏ ਕਿ ਨਰਮਾ ਵਾਧੀਏ ਜੀ ਅੱਗੇ ਫਿਰ ਕਣਕ ਲਾਉਣੀਆਂ ਕਣਕ ਵਾਦਿਆਂਗੇ ਕੋਸ਼ਿਸ਼ ਕਿ ਫਸਲਾਂ ਦਾ ਤੁਹਾਨੂੰ ਨੁਕਸਾਨ ਬਹੁਤ ਐਂਗਲ ਤੋਂ ਹੁੰਦਾ ਜੀ ਆਪਣੀਆਂ ਗਲਤੀਆਂ ਕਰਕੇ ਵੀ ਹੋ ਸਕਦਾ ਨਕਲੀ ਬੀਜਾ ਕਰਕੇ ਵੀ ਹੋ ਸਕਦਾ ਨਕਲੀ ਖਾਦਾਂ ਸਪ੍ਰੇਹਾਂ ਕਰਕੇ ਵੀ ਹੋ ਸਕਦਾ ਮਾੜੇ ਮੌਸਮ ਕਰਕੇ ਵੀ ਹੋ ਸਕਦਾ ਕਿਹਨੂੰ ਕਿਹਨੂੰ ਦੋਸ਼ ਆਪਾਂ ਦੇਵਾਂਗੇ ਲੋੜਾ ਇਕੱਠੇ ਹੋ ਕੇ ਲੜਨ ਦੀ ਇਕੱਠੇ ਹੋ ਕੇ ਚੱਲਣ ਦੀ ਤੇ ਜਿਹੜੀਆਂ ਸਟ੍ਰੈਟੇਜੀ ਆਪਾਂ ਪਿਛਲੇ 2 ਮਹੀਨਿਆਂ ਤੋਂ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਨਰਮੇ ਨੂੰ ਵਿਰਲਾ ਕਰ ਲੋ ਜੀ ਜੇ ਵੱਡਾ ਹੋ ਗਿਆ ਟੂਸੇ ਤੋੜ ਲੋ ਨਹੀਂ بارشਾਂ ਤੋਂ ਬਚ ਕੇ ਸਪਰੇਹਾ ਕਰੋ ਹਰੇਕ ਸਪਰੇ ਦੇ ਵਿੱਚ ਨਿੰਮ ਵਾਲੀ ਸਪਰੇ ਜਿਹੜੀ ਆਉਂਦੀ ਹੈਗੀ ਆ ਉਹ ਤੁਸੀਂ ਜ਼ਰੂਰ ਕਰੋ 1 ਲੀਟਰ ਗਿਲੇ ਰੱਖ ਤਾਂ ਕਿ ਤੁਹਾਡੇ ਨਰਮੇ ਦੇ ਉੱਤੇ ਕੜਤਨ ਬਣੀ ਰਹੇ ਤੇ ਨਰਮਾ ਜਿਹੜਾ ਹੈਗਾ ਉਹ ਕੌੜਾ ਰਹੇ ਤੇ ਇਹਦੇ ਸਮੈਲ ਬਣੀ ਰਹੇ ਸ਼ੈਂਪੂ ਦੀਆਂ 2 3 4 ਪੁੜੀਆਂ ਕਰ ਸਕਦੇ ਹਾਂ ਰਪੀਰ ਰਪੀ ਆ ਲਗਾ ਉਹਦੇ ਨਾਲ ਵੀ ਇਹਦੀ ਸਮੈਲ ਚੇਂਜ ਹੁੰਦੀ ਹੈ ਤੇ ਵਾ ਮੱਕੜ ਬਹਿ ਕੇ ਆਂਦੇ ਨਹੀਂ ਦਿੰਦਾ ਹੈਗਾ ਠੀਕ ਹੈ ਜਾਂ ਉਹ ਟਿਊਬ ਜੀ ਆਈ ਹੈਗੀ ਆ ਗੋਸੀ ਪਾਈਲਰ ਟਿਊਬ ਆਈ ਆ ਸਪਲੈਟ ਉਹਦੇ ਟ్రਾਇਲ ਚੱਲ ਰਹੇ ਆ ਉਹ ਦੇਖਾਂਗੇ ਜਦੋਂ ਵੀ ਨਰਮ ਆ ਉਹ ਪਹਿਲੀ ਚੋਣੀ ਜੇਕਰ 5 ਕੁਵਾਂਟਲ ਖਿੜਕੇ ਨਿਕਲਦਾ ਤਾਂ ਉਹਨੂੰ ਪਾਸ ਮੰਨਾਂਗੇ ਅਦਰਵਾਈਜ਼ ਨਹੀਂ ਜਿੰਨਾ ਖੇਤਾਂ 'ਚ ਲੱਗੇ ਦਿਖਾਵਾਂਗੇ ਤੁਹਾਨੂੰ ਜਾਂ ਪੀਵੀ ਨੋਟ ਟਰੈਪ ਲੱਗੇ ਹੋਏ ਆ ਜਾਂ ਦੂਸਰੇ ਇਹ ਟਰੈਪ ਲੱਗੇ ਹੋਏ ਆ ਕੰਟਰੋਲਬਿਲਟੀ ਦਾ ਸਾਰਾ ਦੀ ਹੋ ਸਕਦੀ ਹੈ ਮੇਲਾ ਫੀਮੇਲ ਉਹਨਾਂ ਦੀ ਮੀਟਿੰਗ ਹੋ ਗਈ ਉਧਰ ਦੇ ਖੇਚ ਮੀਟਿੰਗ ਹੋ ਗਈ ਜਿਹੜਾ ਮੇਰਾ ਨਹੀਂ ਉਥੋਂ ਆ ਕੇ ਇੱਧਰ ਬਹਿ ਗਿਆ ਆਂਡੇ ਤਾਂ ਉਹਨੇ ਦੇ ਹੀ ਦੇਣੇ ਹਨਾ ਠੀਕ ਹੈ ਇਹ ਜਿਹੜੀਆਂ ਸਟ੍ਰੈਟਜੀੀਆਂ ਜਿਹੜੀਆਂ ਹੈਗੀਆਂ ਕਿੰਨੀਆਂ ਕਿ ਪਾਸ ਆ ਫੇਲ ਆ ਉਹ ਬਾਅਦ ਦੀਆਂ ਗੱਲਾਂ ਨੇ ਫਿਰ ਫਿਲਹਾਲ ਦੀ ਗੱਡੀ ਆਪਾਂ ਨਰਮੇ ਦੇ ਉੱਤੇ ਕੀ ਕੁਝ ਕਰ ਸਕਦੇ ਆ ਤਾਕਤ ਵਾਲੀਆਂ ਸਪਰੇਹਾਂ ਜ਼ਰੂਰ ਕਰੋ ਸੁੰਡੀ ਮਾਰ ਸਪਰੇਹਾਂ ਤੁਸੀਂ ਹਰ 8ਵੇਂ ਦਿਨ ਕਰੋ ਆਪਣੇ ਕੋਲੇ ਟੀਂਡੇ ਖੇਡਣ ਦਾ ਜਿਹੜਾ ਸਮਾਂ ਹੁੰਦਾਗਾ ਅੱਧੀ ਭਾਦੋਂ ਤੋਂ ਬਾਅਦ ਅੱਧੀ ਭਾਦੋਂ ਵਿੱਚ ਆਪਾਂ ਖੇਡਣਾ ਇਹਨੂੰ ਖੇਡਦਾ ਹੋਣਾ ਹੁੰਦਾ ਨੇ ਤੇ ਆਪਾਂ ਇਹਨੂੰ ਚੁਗਣਾ ਸ਼ੁਰੂ ਕਰਦੇ ਆ ਆਪਾਂ ਲਗਭਗ 20 ਸਤੰਬਰ ਤੋਂ ਇਹਨੂੰ ਸੁਚੁਗਣਾ ਸ਼ੁਰੂ ਕਰ ਦਿੰਦੇ ਅੱਗੇ ਤੇ ਨਰਮੇ ਨੂੰ 10 ਸਤੰਬਰ ਤੋਂ ਤਾਂ 10 ਸਤੰਬਰ ਤੋਂ 40 ਦਿਨ ਮਗਰੋਂ ਚੱਲੋ ਤੁਸੀਂ ਤਾਂ ਉਹਦੇ ਵਿੱਚ ਆਉਂਦੀ ਹੈਗੀ ਤੁਹਾਡੀ ਜੁਲਾਈ ਟੱਪ ਦੀ ਸਾਰੀ ਤਾਂ 1 ਜੁਲਾਈ ਮੰਨਦੇ ਆ 1 ਜੁਲਾਈ ਤੋਂ ਲੈ ਕੇ ਜਿੰਨਾ ਵੀ 10 ਸਤੰਬਰ ਤੱਕ ਫਲ ਲੱਗਣਾ ਉਹ ਅਗਲੇ ਦਾ ਸਟੇਜਾਂ ਤੇ ਜਾ ਕੇ ਖਿਲਣਾ ਹੈਗਾ ਤਾਂ ਜਿਹੜਾ ਹੁਣ ਸਮਾਂ ਚੱਲ ਰਿਹਾ ਹੈਗਾ ਤੁਹਾਡੇ ਕੋਲੇ ਅਗਸਤ ਦਾ ਸਮਾਂ ਚੱਲ ਰਿਹਾ ਹੈਗਾ ਤਾਂ ਉਹ ਜਿਹੜੇ ਹੁਣ ਫੁੱਲ ਫਲਾਗਾ ਆ ਰਹੇ ਤੇ ਆਪਾਂ ਹੁਣ ਆਪਾਂ ਜੋ ਵੀ ਟਰਾਈ ਕਰ ਸਕਦੇ ਆ ਕਰ ਲਏ ਢੀਂਡਾ ਬਣ ਗਿਆ ਨਰਮਾ ਪੱਕੜ ਹੋ ਗਿਆ ਗੇਮ ਓਵਰ ਹੋ ਜਾਣੀ ਆ ਤੇ ਆਪਣੇ ਪੱਲੇ ਜੋ ਫਲ ਫਲਾਗਾ ਅੱਗੇ ਮਚੋਰ ਹੋ ਕੇ ਢੀਂਡਾ ਬਣ ਰਿਹਾ ਹੈ ਉਹੀ ਰਹਿ ਜਾਣਾ ਹੈਗਾ ਅਗਰ ਤੇ ਸੁੰਡੀ ਤੋਂ ਬਚਾ ਹੋਇਆ ਤਾਂ ਉਹਨੇ ਖੇੜੀ ਜਾਣਾ ਉਹਨੇ ਕਿਤੇ ਜਾਣਾ ਨਹੀਂ ਹੈਗਾ ਟੀਂਡੇ ਤੋੜ ਕੇ ਨਾ ਦੇਖਿਆ ਕਰੋ ਦੇਖਣੇ ਹੁੰਦੇ ਆ ਤਾਂ ਫੁੱਲ ਦੇਖਿਆ ਕਰੋ ਤੁਹਾਨੂੰ ਵੀਡੀਓ ਵਿੱਚ ਵੀ ਦਿਖਾਇਆ ਕਿ ਜਿਵੇਂ ਇਹ ਤਾਂ ਹੈਗਾ ਤਾਜ਼ਾ ਫੁੱਲ ਇਹਦੀ ਪੋਲੀਨੇਸ਼ਨ ਹੋਣੀ ਹੈ ਹਜੇ ਤੇ ਜਦੋਂ ਇਹ ਫੋਲੀਨੇਸ਼ਨ ਹੋ ਗਈ ਇਹ ਪਿੱਚ ਜਾਣਾ ਪਿੰਕ ਰੰਗ ਦਾ ਬਣ ਜਾਣਾ ਤੇ ਇਹਨੇ ਡਿੱਗ ਜਾਣਾ ਮਗਰ ਟੀਂਡਾ ਤਿਆਰ ਹੁੰਦਾ ਆਉਣਾ ਹੈਗਾ ਤੇ ਕਾਫੀ ਜਿਆਦੇ ਵੀਡੀਓ ਤੁਹਾਡੇ ਨਾਲ ਪਹਿਲਾਂ ਵੀ ਸਾਂਝੀਆਂ ਕੀਤੀਆਂ ਸੋ ਇਹ ਤੁਹਾਡੇ ਨਾਲ ਦੋ ਤਿੰਨ ਜਾਣਕਾਰੀਆਂ ਸਾਂਝੀਆਂ ਕਰਨੀਆਂ ਸੀ ਕਿਰ ਜੇਕਰ ਤੁਸੀਂ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਵੀ 5 ਤੋਂ 8 ਕਾਟਲ 10 ਕਾਟਲ ਨਰਮਾ ਕੱਢ ਜਾਂਦੇ ਹੋ ਤਾਂ ਤੁਸੀਂ ਇੱਕ ਬਹੁਤ ਵਧੀਆ ਸਟ੍ਰੈਟੇਜੀ ਬਣਾਈ ਹੈ ਕਿਸੇ ਵੀ ਤਰੀਕੇ ਨਾਲ ਕਈ ਵੀਰਾਂ ਨੇ ਬਾਇਓ ਵਾਲੇ ਨਰਮੇ ਰੱਖੇ ਹੋਏ ਆ ਨਰਮੇ ਨਾਲ 7 ਫੁੱਟ ਦੀ ਚੜਾਈ ਤੇ ਬੀਜੇ ਹੈਗੇ ਆ ਕੋਈ ਰੇ ਨਹੀਂ ਕੋਈ ਪਾਣੀ ਨਹੀਂ ਸਰਵਾਂ ਵਾਲੇ ਬਾਣ ਦੇ ਨਰਮੇ ਆਗੇ ਤੇ ਨਰਮੇ ਆ ਪ੍ਰੂਨਿੰਗ ਕੀਤੀ ਆ ਉੱਪਰ ਉਹਨਾਂ ਦੇ ਨਾਲ ਕੋਲ ਸਪਰੇਅ ਕਰੀ ਜਾਂਦੇ ਹੈਗੇ ਆ ਜਾਂ ਹੋਰ ਉਹਨਾਂ ਨੂੰ ਸਲੂਟ ਆ ਕਿਉਂਕਿ ਉਹ ਇੱਕ ਵੱਖਰਾ ਰਸਤਾ ਵੱਖਰੇ ਰਸਤੇ ਤੇ ਹਮੇਸ਼ਾ ਤੁਹਾਡਾ ਗਲ ਕੱਟੇ ਜਾਂਦਾ ਖਤਰਾ ਹੁੰਦਾ ਤੇ ਸਮਾਜੇ ਤੁਹਾਨੂੰ ਚ ਟਿੱਚਰੀ ਕਰਨੀ ਹੁੰਦੀ ਹੈ ਪਰ ਜਿੰਨਾ ਚਿਰ ਤੁਸੀਂ ਸਵਲ ਨਹੀਂ ਹੁੰਦੇ ਸਮਾਜ ਤੁਹਾਡੇ ਨਾਲ ਕਦੇ ਵੀ ਖੜ ਨਹੀਂ ਸਕਦਾ ਹੈਗਾ ਇਹ ਗੱਲ ਨੂੰ ਯਾਦ ਰੱਖਿਓ ਹਮੇਸ਼ਾ ਤੇ ਮੈਂ ਇਸ ਗੱਲ ਦੇ ਵਿੱਚ ਸਾਰਿਆਂ ਨੂੰ ਮੰਗਰੀ ਲੈਣ ਚ ਖੜਦਾ ਕਿਉਂਕਿ ਮੈਂ ਆਪਣੇ ਆਪ ਨੂੰ ਬਹੁਤ ਛੋਟਾ ਮੰਨਦਾ ਹੈਗਾ ਕਿ ਮੈਂ ਤੁਹਾਡੇ ਤੋਂ ਸਿੱਖ ਰਿਹਾ ਹਾਂ ਹਰੇਕ ਫਾਰਮਰ ਤੋਂ ਸਿੱਖ ਰਿਹਾ ਹੈਗਾ ਤੇ ਜਿੰਨੇ ਵੀ ਕਾਟਨ ਦੇ ਉੱਤੇ ਪ੍ਰੋਬਲਮਾਂ ਆਈਆਂ ਪੱਤਾ ਮਰੋੜ ਬਿਮਾਰੀ ਆਈ ਹੈ ਗੁਲਾਬੀ ਸੁੰਡੀ ਚੱਲ ਰਹੀ ਹੈ ਤੇਲਾ ਆ ਗਿਆ ਹੁਣ ਨਾ ਹੋਰ ਆ ਜਾਣੀਆਂ 2-4 ਪ੍ਰੋਬਲਮਾਂ ਆਉਣੇ ਇਸ ਸਾਲਾਂ ਨੂੰ ਪਰ ਆਪਾਂ ਨੂੰ ਲੋੜ ਹੈਗੀ ਆ ਇੱਕ ਸਟੈਂਡਰਡਾਈਜ਼ ਕਰਨ ਦੀ ਕ੍ਰੌਪ ਨੂੰ ਕਿ ਸਾਡੇ ਖੇਤ ਦੇ ਵਿੱਚ ਤਾਂ ਜੀ ਆਹ ਚਾਰ ਗੱਲਾਂ ਤਾਂ ਪਿਛਲੇ 10 ਸਾਲਾਂ ਤੋਂ ਪਹਿਰਾ ਦਿੰਦੀਆਂ ਰਹੀਆਂ ਅਸੀਂ ਤਾਂ ਇਹਨਾਂ ਨੂੰ ਕਰਾਂਗੇ ਕਰਾਂਗੇ ਉਹਨਾਂ ਚੀਜ਼ਾਂ ਨੂੰ ਪਛਾਣਨ ਦੀ ਲੋੜ ਹੈ ਇਹ ਨਹੀਂ ਹੈਗਾ ਕਿ ਮੈਂ ਤਾਂ ਪਹਿਲੀ ਸਵੇਰੇ ਮੋਨੋ ਕਰਦਾ ਹੁੰਨਾ ਇਹ ਨਹੀਂ ਹੈਗਾ ਕਿ ਮੈਂ ਤਾਂ ਪਹਿਲਾ ਪਾਣੀ ਪਾ ਦੇਣ ਤੇ ਲਾਉਣਾ ਹੁੰਨਾ ਇਹ ਨਹੀਂ ਹੈਗਾ ਕਿ ਮੈਂ ਤਾਂ ਚਾਰ ਘਟੇ ਨਾਰਮੇ ਨੂੰ ਯੂਰੀਆ ਪਾਉਣਾ ਹੁੰਨਾ ਇਹਨਾਂ ਚੀਜ਼ਾਂ ਨੂੰ ਤੁਹਾਡੇ ਭਾਵੇਂ ਚਿੱਟੇ ਬਾਲ ਹੋ ਚੁੱਕੇ ਆ ਪਰ ਖੇਤੀ ਦੇ ਵਿੱਚ ਅੜਵਾਈ ਕਦੇ ਵੀ ਨਹੀਂ ਚੱਲ ਸਕਦੀ ਹੈਗੀ ਖੇਤੀ ਦੇ ਵਿੱਚ ਹਮੇਸ਼ਾ ਸਟੈਂਡਰਡਾਈਜ਼ੇਸ਼ਨ ਹੀ ਚੱਲੇਗਾ ਕੁਦਰਤ ਦੇ ਨਾਲ ਮਿਲ ਕੇ ਹੀ ਚੱਲਣਾ ਪਵੇਗਾ ਕੁਦਰਤ ਤੁਹਾਡੇ ਨਾਲ ਹੱਥ ਮਿਲਾਉਂਦੀ ਆ ਪੰਦਾ ਤੁਹਾਨੂੰ ਕੋਈ ਨਹੀਂ ਜਾਣਦਾ ਤੁਸੀਂ ਹਮੇਸ਼ਾ ਫਾਇਦੇ ਵਿੱਚ ਹੀ ਰਹੋਗੇ ਸੋ ਇੰਨੀਆਂ ਕਿ ਜਾਣਕਾਰੀਆਂ ਤੁਹਾਡੇ ਨਾਲ ਫਿਰ ਸਾਂਝੀਆਂ ਕਰਨੀਆਂ ਅਸੀਂ ਫਿਰ ਦੇ ਕਿਸੇ ਦਿਨ ਇੱਕ ਆ ਹੋਰ ਵੀਡੀਓ ਵਿੱਚ ਮਿਲਾਂਗੇ ਗੱਲਬਾਤ ਕਰਾਂਗੇ ਚੈਨਲ ਤੇ YouTube ਤੇ Facebook ਤੇ Instagram ਤੇ ਤੁਹਾਡੇ ਆਪਣੇ ਫਾਇਦੇ ਲਈ ਤੁਸੀਂ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਦੀ ਨਵੀਂ ਨੌਲੇਜ ਦੇ ਲਈ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਵਿਜ਼ਿਟ ਕਰ ਲਿਆ ਕਰੋ ਆਪਾਂ ਹਰ ਤੀਸਰੇ ਦਿਨ ਵਿਜ਼ਿਟ ਕਰਦੇ ਹਾਂ ਪੁਰਾਣੀਆਂ ਵੀਡੀਓ ਵੀ ਤੁਹਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਤੇ ਵੇਰਲੀ ਫਸਲ ਹੀ ਹਮੇਸ਼ਾ ਖੇਰ ਦਾ ਗਹਿਣਾ ਨਹੀਂ ਤਾਂ ਫਿਰ ਤੇਲੇ ਚੇਪੇ ਸੁੰਡੀਆਂ ਦਾ ਘਰ ਹੀ ਬਾਨਾ ਫਸਲ ਨੇ ਸੋ ਜਿਹੜੀਆਂ ਚੀਜ਼ਾਂ ਸਟੈਂਡਰਡਾਈਜ਼ ਹੋ ਚੁੱਕੀਆਂ ਤੁਹਾਨੂੰ ਇੱਕ ਸ਼ਬਦ ਰੂਪੀ ਗਿਆਨ ਦੇ ਵਿੱਚ ਮਿਲ ਜਾਂਦੀਆਂ ਉਹਨਾਂ ਨੂੰ ਡਾਇਰੈਕਟ ਅਪਣਾਉਣ ਦੇ ਵਿੱਚ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ ਉਹਨੂੰ ਕਰ ਲਿਆ ਕਰੋ